ਤੁਹਾਡੀ ਕਿੰਨੀ ਕੁ ਉਮਰ ਹੋ ਗਈ? ਮੇਰੀ 76 ਸਾਲ ਦੀ ਉਮਰ ਹੋ ਗਈ। ਤੇ ਇਹ ਜਿਹੜਾ ਮਾਹੌਲ ਤੁਹਾਡੇ ਸਾਹਮਣੇ ਵਾਪਰਿਆ, ਹਾਂਜੀ, ਉਹਨੂੰ ਦੇਖ ਕੇ ਕਿਵੇਂ ਜਿਹਾ ਲੱਗਦਾ? ਦੁੱਖ ਨਹੀਂ ਹੁੰਦਾ ਵੀ ਪਹਿਲਾਂ? ਬਹੁਤ ਜ਼ਿਆਦਾ ਦੁੱਖ ਹੈ। ਦੁੱਖ ਛੱਡ ਕੇ ਜਦੋਂ ਜਿਹਦਾ ਬੱਚਾ ਮਰ ਜਾਂਦਾ ਨਾ, ਪਿੰਡ 'ਚ ਕਈਆਂ ਦੇ ਬੱਚੇ ਮਰੇ ਨੇ, ਇੱਥੇ ਕਮਾਈ ਬੋਲਦੀ ਸੀ, ਉਹ ਆਉਂਦੀ ਸੀ ਮੇਰਾ ਘਰ ਵਾਲਾ ਮੰਜੀ 'ਤੇ ਪਿਆ, ਬੱਚਾ ਮਰ ਗਿਆ, ਉਹ ਦੱਸੋ ਦਾ ਕੌਣ ਜਾਮਣ ਬਣੇਗਾ, ਕੋਈ ਮਾਜਵਾ ਨਹੀਂ ਦਿੱਤਾ ਤੁਹਾਨੂੰ, ਜਿੰਦਾ ਘਰ ਦਾ ਕੰਮ ਕਰਨ ਵਾਲੇ ਬੱਚਾ ਮਰ ਗਿਆ ਅਤੇ ਸਿਰ ਦਾ ਸਾਈਂ ਮਰ ਗਿਆ, ਉਹ ਕੀ ਕਰੂਗਾ? ਚੱਲ ਡੰਗਰ ਤਾਂ ਮੁੱਲ ਲੈ ਲਾਂਗਾ, ਮੇਰੀਆਂ ਗਾਈ ਮਰ ਗਿਆ, ਚੱਲ ਅੱਜ ਨਹੀਂ ਤਾਂ ਭਲਕੇ ਹੋਰ ਲੈ ਲਾਂਗਾ ਮੈਂ, ਜਿਹਦਾ ਬੱਚਾ ਅਤੇ ਘਰ ਦਾ ਸਾਈਂ ਮਰ ਗਿਆ ਅਤੇ ਆ ਮਰ, ਉਹ ਕਿੱਥੋਂ ਪੈਦਾ ਹੋਏਗਾ ਦੱਸੋ? ਧਰਤੀ 'ਚੋਂ ਤਾਂ ਪੈਦਾ ਨਹੀਂ ਹੋਣਾ। ਇਹਦੀ ਬਹੁਤ ਜ਼ਿਆਦਾ, ਮੇਰਾ ਭਰਾ ਚਾਚੇ ਦਾ ਪੁੱਤ ਕੈਂਸਰ ਨਾਲ ਮਰ ਗਿਆ, ਲੱਤ 'ਤੇ ਕੈਂਸਰ ਹੋਇਆ, ਜਿਵੇਂ ਆ ਖੁਰਕਿਆ ਉਹਨੇ, ਖੁਰਕੇ ਤੋਂ ਕੈਂਸਰ ਹੋ ਗਿਆ, ਬਹੁਤ ਇਲਾਜ ਕਰਾਇਆ, ਵੇਖੀ ਉਹਦੀ ਮੌਤ ਹੋ ਗਈ 2 ਸਾਲਾਂ ਪਿੱਛੋਂ, ਇਲਾਕੇ ਕੈਂਸਰ ਵੀ ਬਹੁਤ ਫੈਲਿਆ। ਇਹ ਜੀ ਬਹੁਤ ਜਾਣੀ ਨੁਕਸਾਨ ਸਾਡਾ। ਮੈਂ ਇੱਥੇ ਬੇਬੇ ਹੁਣੀ ਨੂੰ ਮੇਰਾ ਮਿਲਿਆ ਸੀ, ਉਹਨਾਂ ਨੇ ਦੱਸਿਆ ਕਹਿੰਦੀ ਬਹੁਤੀਆਂ ਬੀਬੀਆਂ ਨੂੰ ਛਾਤੀ ਦਾ ਕੈਂਸਰ, ਬੱਚੇਦਾਨੀ ਦਾ ਕੈਂਸਰ, ਬਸ ਛਾਤੀ ਦੰਦ, ਛਾਤੀ 'ਤੇ ਇੱਥੇ ਆ ਜਿਹੜਾ ਦੁੱਧ 'ਤੇ, ਬੱਚੇਦਾਨੀ ਦਾ, ਬੱਚੇਦਾਨੀ 'ਤੇ ਬਹੁਤ ਜ਼ਿਆਦਾ ਫੈਲ ਰਿਹਾ। ਇਹ ਤਾਂ ਰੱਬ ਹੀ ਬਾਲੀ, ਸਾਡਾ ਕੋਈ ਬਾਲੀ ਨਹੀਂ ਰਹਿ ਗਿਆ, ਸਾਡਾ ਨਾ ਕੋਈ ਸਰਕਾਰ ਰਹਿ ਗਈ, ਨਾ ਕੋਈ ਦੂਜਾ ਰਹਿ ਗਿਆ, ਇਹ ਤਾਂ ਸਾਡਾ ਗੁਰੂ ਬਾਲੀ, ਦਸਵੇਂ ਪਾਤਸ਼ਾਹ ਸੱਚੇ ਪਾਤਸ਼ਾਹ ਜਿਹਨੇ ਆਪਣੇ 'ਤੇ ਬੱਚੇ ਵਾਰਤੇ, ਸਾਰਾ ਪਰਿਵਾਰ ਵਾਰਤਾ। ਜਿਵੇਂ ਪਿਛਲੀ ਵਾਰੀ, ਮਤਲਬ ਹੁਣ ਤੁਸੀਂ ਦੱਸਿਆ ਵੀ ਪਿਛਲੀ ਵਾਰੀ ਤੁਸੀਂ 5 ਮਹੀਨੇ ਪਹਿਲਾਂ ਸ਼ੁਰੂ ਕੀਤਾ ਇਹ ਕੰਮ, 5 ਮਹੀਨੇ ਤੋਂ ਪਹਿਲਾਂ ਤੋਂ ਪਹਿਲਾਂ ਵੀ ਪਤਾ ਤੁਹਾਨੂੰ ਲੱਗ ਗਿਆ ਸੀਗਾ ਵੀ ਸਾਰਾ ਘਰ ਇਹ ਫੈਕਟਰੀ ਦਾ, ਜਾਂ ਤੁਹਾਨੂੰ ਐਂ ਲੱਗਿਆ ਵੀ ਜਦੋਂ ਉਹ ਬਾਬੇ ਦੀ ਜਗ੍ਹਾ ਦੇ ਉੱਤੇ ਬੋਰ ਕੀਤਾ ਉਸ ਤੋਂ ਬਾਅਦ ਹੀ ਗੱਲ ਖੁੱਲੀ? ਪਹਿਲਾਂ ਪਤਾ ਸੀ। ਅੱਛਾ, ਜਦੋਂ ਪੱਠਿਆਂ ਦੇ ਪੱਠੇ ਵੱਢਣ ਉਹਦੇ 'ਤੇ ਹੱਥ ਕਾਲੇ ਹੋ ਜਾਂਦੇ ਸੀ, ਉਦੋਂ ਬਸ ਇੰਨਾ ਅੰਦਾਜ਼ਾ ਸੀ ਵੀ ਫੈਕਟਰੀ ਕਰਕੇ, ਫੈਕਟਰੀ ਕਰਕੇ ਵੀ ਸਵਾਹ ਦੇ ਤਾਂ ਨਹੀਂ ਜਾਂਦੀ ਸੀ, ਉਦੋਂ ਨਹੀਂ ਕਿਸੇ ਨੇ ਉੱਤਾ ਚੱਕਿਆ, ਉਦੋਂ ਬੰਦੇ ਥੋੜ੍ਹਾ ਰੌਲਾ ਪਾਉਂਦੇ, ਥੋੜ੍ਹਿਆਂ ਦੀ ਸੁਣਦਾ ਕੋਈ ਸੀ, ਰੌਲਾ ਉਦੋਂ ਵੀ ਪਾਉਂਦੇ ਸੀ, ਪਰ ਉਹ ਇਕੱਠੇ ਹੋ ਕੇ ਨਹੀਂ ਪਾਉਂਦੇ, ਦਿੱਲੀ ਮੋਰਚੇ ਨੇ ਕਰਵਾਉਂਦੇ ਆ ਗਏ, ਪਿੰਡ ਦੀਆਂ ਆ ਗਈਆਂ, ਦੂਜੇ ਪਿੰਡ ਦੇ ਬੰਦੇ ਆ ਕੇ ਬਾਤ ਬੈਠੇ, ਤੇ ਉਹ ਥੋੜ੍ਹੇ ਬੰਦੇ ਦੀ ਗੱਲ ਸੁਣਦਾ ਕੋਈ? ਫਿਰ ਬਾਬੇ ਨਹੀਂ ਸੋਚਿਆ, ਬਾਬੇ ਦੀ ਜਗ੍ਹਾ ਤੇ ਜਦੋਂ ਬਾਬੇ ਦੀ ਜਗ੍ਹਾ ਤੇ ਬੋਰ ਹੋਏ ਤੇ ਉਹਨੇ ਫਿਰ ਉਠਾਇਆ ਸਾਨੂੰ, ਸਹੀ ਗੱਲ, ਫਿਰ ਅਸੀਂ ਉੱਥੋਂ ਸਹੁੰ ਚੁੱਕ ਕੇ ਤੁਰੇ ਹਾਂ, ਸਾਡੇ ਸਿਆਰਾ ਪੀਰ ਉਦੋਂ ਇਕੱਠੇ ਹੋਏ ਤੇ ਮੈਂ ਵੀ ਰੱਬੋਂ ਆਇਆ ਸੀ ਉੱਥੇ। ਅੱਛਾ, ਕਿ ਸਾਡੇ ਲੋਕ ਜਿਵੇਂ ਅੱਜ ਵੀ ਉੱਥੇ ਮੈਨੂੰ ਕੋਈ ਇੱਕ ਗੱਲਾਂ ਕਰਦੇ ਜਿਹੜੇ ਇੱਥੇ ਨਹੀਂ ਆਉਂਦੇ, ਬੈਠੇ ਗੱਲਾਂ ਕੀਤੀ ਜਾਂਦੇ ਨੇ। ਹੁਣ ਦਿੱਲੀ ਆਪਾਂ 5 ਮਿੰਟ 13 ਮਹੀਨੇ 13 ਦਿਨਾਂ ਪਿੱਛੋਂ ਉੱਠੇ ਹਾਂ, ਟਰੈਕਟਰ ਲੈ ਕੇ ਗਿਆ ਮੈਂ ਪਿੰਡੋਂ, ਸਾਡੇ ਸੰਗਤ ਵੀ ਬਹੁਤ ਜਾਂਦੀ, ਫਿਰ ਅਸੀਂ 200 ਰੁਪਈਆ ਕਿੱਲੇ ਨਾਲ ਗ੍ਰਾਹੀ ਲਏ ਅਤੇ ਸਾਡੇ 8 ਦਿਨੀ ਬੰਦੇ ਜਾਂਦੇ ਸੀ, 8 ਦਿਨੀ ਮੁੜਦੇ ਸੀ, ਜਾਣੀ ਜਿਵੇਂ ਵੀ ਬਣਾ ਲਿਆ ਟੋਲ ਵੀ 10 ਬੈਜਣ 15 ਗੱਡੀ 'ਤੇ ਜਾਂਦੇ ਸੀ, ਅਤੇ ਜਿਹੜੇ ਨਹੀਂ ਜਾਂਦੇ ਉਹਨੇ ਉੱਥੇ ਪੈਸੇ ਲਈ ਜਾਂਦੇ, ਸਾਨੂੰ ਬਦਨਾਮ ਕਰਨ ਵਾਲੇ ਵੇਖ ਨਹੀਂ। ਹੁਣ ਵੀ ਅੱਜ ਮੈਂ ਝਗੜ ਕੇ ਆਇਆ ਕਿ ਸਾਡੇ ਬੰਦਾ ਇੱਥੇ ਬੈਠਾ ਸੀ ਸਾਡੇ ਨਾਲ ਦੇ ਪਿੰਡ, ਮੈਂ ਉੱਥੇ ਜੇ ਕਿਸਾਨ ਵੇਖ ਜਾਂਦੇ, ਮੈਂ ਤੂੰ ਦੱਸ ਸਾਨੂੰ ਕੀ ਦਿੱਤਾ, ਮੈਂ ਦਿੱਲੀ ਗਿਆ ਦੱਸ ਤੂੰ ਮੈਨੂੰ ਕੀ ਦਿੱਤਾ, ਕੋਈ ਪੈਸਾ ਦਿੱਤਾ? ਦਿੱਲੀ ਤੁਸੀਂ ਗਏ ਜੀ? ਨਹੀਂ, ਆ ਮਾੜਾ ਕੰਮ ਥੋੜ੍ਹੀ ਕਰ ਰਹੇ ਹਾਂ ਆਪਾਂ, ਜੇ ਹੁਣ ਬੈਠੇ ਨੇ ਆ ਵਿਚਾਰੇ ਉੱਥੋਂ ਆਏ ਨੇ ਮਾਨਸਾ ਤੋਂ, ਕੋਈ ਫਰੀਦਕੋਟ ਆਏ, ਇਹ ਕੀ ਪੈਸੇ ਲੈਣ ਆਏ ਨੇ? ਤੇਲ ਬਾਲ ਕੇ ਆਏ ਨੇ, ਘਰ ਛੱਡ ਕੇ ਆਏ ਨੇ ਆਪਦਾ,